ਪ੍ਰੋਗਰਾਮ ਹਿਰਨਪੁਰੀ ਇਹਦੇ ਬਾਰੇ ਕੀ ਜਾਣਕਾਰੀ? ਸਾਡੀ ਐਸਟੀਐਫ ਟੀਮ ਲੁਧਿਆਣਾ ਨੇ ਮੁਖਬਰੀ ਦੇ ਆਧਾਰ ਤੇ ਮੁਕੱਦਮਾ ਦਰਜ ਕੀਤਾ। ਦੌਰਾਨੇ ਨਾਕਾਬੰਦੀ ਨਛੱਤਰ ਸਿੰਘ ਅਤੇ ਸੋਨੂ ਸਿੰਘ ਨੂੰ ਕਾਬੂ ਕਰਕੇ 330 ਗ੍ਰਾਮ ਤੇ 20 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ। ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਨੇ? ਹਾਂ, ਇਹਨਾਂ ਤੇ ਪਹਿਲਾਂ ਨਛੱਤਰ ਸਿੰਘ ਤੇ 5 ਮੁਕੱਦਮੇ ਦਰਜ ਨੇ ਤੇ ਦੋਨੋਂ ਜਾਣੀ ਕਿ ਭੁੱਕੀ ਦਾ ਸੇਵਨ ਕਰਦੇ ਨੇ। ਕਿੰਨੀ ਕੁ ਦੇਰ ਤੋਂ ਕੰਮ ਕਰ ਰਹੇ ਸੀ? ਕਰੀਬ 10-15 ਸਾਲ ਦੇ ਕਰੀਬ ਕਰ ਰਹੇ ਨੇ।